ਬਿਸਮਿਲ੍ਲਾਹ ਰਹਿਮਾਨ ਰਹੀਮ ਪੂਰੇ ਜੱਗ ਵਿੱਚ ਵਸਦੇ ਹੋਏ ਪੰਜਾਬੀ ਪਿਆਰਿਓ ਇਸਾਨ ਬਾਜਵਾ ਬਾਬਾ ਬਾਜਵਾ ਚੈਨਲ ਤੋਂ ਤੁਹਾਡੀ ਖਿਦਮਤ ਚ ਹਾਜ਼ਰ ਪਿਆਰਿਓ ਜੇ ਚੈਨਲ ਜਿਹੜਾ ਬਾਬਾ ਬਾਜਵਾ ਉਹਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣ ਤੱਕ ਤੇ ਉਹ ਕਰ ਦਿਓ ਨਾਲੇ ਬੈਲ ਆਈਕਨ ਨੂੰ ਕਲਿੱਕ ਵੀ ਕਰ ਦਿਆ ਕਰੋ ਤਾਂ ਕਿ ਵੀਡੀਓ ਜਿਹੜੀ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਪਣੇ ਆਪ ਪੜਦਾ ਰਹੇ ਔਰ ਜੇ ਮਤਲਬ ਇਹ ਗੱਲ ਚੰਗੀ ਲੱਗੇ ਤੇ ਉਹਨੂੰ ਸ਼ੇਅਰ ਵੀ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰੋ ਪਿਛਲੀ ਵੀਡੀਓ 'ਚ ਅਸਾਂ ਤੁਹਾਡੇ ਨਾਲ ਉਹ ਗੱਲ ਸਾਂਝੀ ਕੀਤੀ ਸੀ ਜਿਸ ਪਰ ਉਹ نبی کریم ਹੋਰਾ ਆਖਿਆ ਸੀ ਪਈ ਉਹ ਦੋ ਜ਼ਬੀਆਂ ਦੇ ਪੁੱਤਰ ਨੇ ਇਹ ਅਸੀਂ ਤੁਹਾਡੇ ਨਾਲ سیدุล ਬਰਾ ਕਾਜ਼ੀ ਅਬਦੁਲ ዳਇਮ ዳਇਮ ਹੋਰਾਂ ਨੇ ਲਿਖੀ ਸਿਰਤੁਨ ਨਬੀ ਚੌਥੀ ਕਿਸ਼ਤ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਆਂ ਪਿਛਲੀ ਵੀਡੀਓ ਅਸਾਂ ਤੁਹਾਡੇ ਨਾਲ ਉਹ ਗੱਲ ਸਾਂਝੀ ਕੀਤੀ ਜਿਸ ਪਰ ਉਹ ਨਬੀ کریم ਸੱਲੱਲਾਹੁ ਅਲੈਹਿ ਵਅਲਿਹਿਸਲਮ ਹੋਰਾਂ ਆਖਿਆ ਸੀ ਕਿ ਉਹ ਦੋਹ ਜ਼ਬੀਆਂ ਦੇ ਪੁੱਤਰ ਨੇ ਹੁਣ ਅਸੀਂ ਤੁਹਾਡੇ ਨਾਲ حضرت ਨਬੀ کریم ਸੱਲੱਲਾਹੁ ਅਲੈਹਿ ਵਅਲਿਹਿਸਲਮ ਹੋਰਾਂ ਦੇ ਮਾਂ ਜੀ ਸੈਦ ਦਾ ਆਮਨਾ ਹੋਰਾਂ ਦੇ ਬਾਰੇ ਚ ਵਿਚਾਰ ਸਾਂਝੇ ਕਰਾਂਗੇ ਨਬੀ ਕਰੀਮ ਸੱਲੱਲਾਹੁ ਅਲੈਹ ਵਾਲਿਹ ਵਸੱਲਮ ਹੋਰਾਂ ਦੇ ਵਾਲਦਾ ਮਾਜਦਾ ਕੁਰੈਸ਼ ਕਬੀਲੇ ਦੇ ਹੀ ਇੱਕ ਸ਼ਾਖ ਬਨੀ ਜ਼ਾਰਾ ਵਿੱਚੋਂ ਸਨ ਇੱਥੇ ਦੋ ਸਵਾਲ ਪੈਦਾ ਹੁੰਦੇ ਨੇ ਇੱਕ ਤੇ ਇਹ ਪਈ ਹਜ਼ਰਤ ਅਬਦਲ ਮੁਤਲਬ ਹੋਰਾਂ ਆਪਣੇ ਪੁੱਤਰ ਦੇ ਵਿਆਹ ਲਈ ਬਨੀ ਜ਼ਾਰਾ ਕਬੀਲੇ ਦੀ ਚੋਣ ਕਿਉਂ ਕੀਤੀ ਦੂਜਾ ਸਵਾਲ ਇਹ ਵੀ ਬਨੀ ਜ਼ਾਰਾ ਕਬੀਲੇ ਦੀਆਂ ਹੋਰ ਕੁੜੀਆਂ ਨੂੰ ਛੱਡ ਕੇ ਸਗੀਦਾ ਆਮਨਾ ਹੋਰਾਂ ਨੂੰ ਹੀ ਕਿਉਂ ਪਸੰਦ ਕੀਤਾ ਗਿਆ ਸੋਚਣ ਵਾਲੀ ਗੱਲ ਇਹ ਵੀ ਇਹ ਦੋਵੇਂ ਗੱਲਾਂ ਰੱਬਸਬੱਬੀ ਹੋਈਆਂ ਜਾਂ ਇਹਦੇ ਪਿੱਛੇ ਕੋਈ ਹੋਰ ਗੱਲ ਸੀ ਹੁਣ ਅਸੀਂ ਦੱਸਦੇ ਹਾਂ ਵੀ ਇਹਨਾਂ ਦੋਹਾਂ ਗੱਲਾਂ ਦਾ ਕਾਰਨ ਜਿਹੜੇ ਨੇ ਇਹ ਬੜੀ ਦਿਲਚਸਪੀ ਵਾਲੇ ਨੇ ਔਰ ਇਹ ਰੱਬ ਨੇ ਕਿਸਣਾ ਸਬਬ ਬਣਾਇਆ ਜਿੱਥੋਂ ਦੀ ਕੁਰਬਾਨੀਦਾਰਾ ਕਬੀਲਾ ਦੀ ਚੋਣ ਕਰਨ ਦਾ ਸਵਾਲ ਹੈ ਤਾਂ ਉਹਦੀ ਵਜ੍ਹਾ ਇਹ ਬਣੀ ਵੀ ਸਰਕਾਰ ਅਬਦਲ ਮੁਤਲਬੋਰੀ ਇੱਕ ਵਾਰ ਯਮਨ ਗਏ ਤਾਂ ਉੱਥੇ ਉਹਨਾਂ ਦਾ ਕਿਸੇ ਹੱਥ ਵੇਖਣ ਵਾਲੇ ਨਾਲ ਮੇਲ ਹੋ ਗਿਆ ਜਾਂ ਜਿਹੜੇ ਕਿਆਫਾ ਸ਼ਨਾਸ ਜਿਹੜੇ ਬੰਦੇ ਨੂੰ ਵੇਖ ਕੇ ਉਹਦੀ ਸ਼ਕਲ ਵੇਖ ਕੇ ਤੇ ਉਹਦੇ ਬਾਰੇ ਵਿੱਚ ਕਿਆਫਾ ਲਾ ਲੈਂਦੇ ਨੇ ਉਹਦੇ ਨਾਲ ਉਹਨਾਂ ਦੀ ਮੇਲ ਮੁਲਾਕਾਤ ਹੋ ਗਈ ਉਹ ਬੰਦਾ ਜਿਹੜਾ ਸੀ ਸਰਕਾਰ ਅਬਦੁਲ ਮਤਲਬ ਹੋਰਾਂ ਦੇ ਚਿਹਰੇ ਵੱਲ ਝਾਤੀ ਪਾ ਕੇ ਸਮਝ ਗਿਆ ਭਈ ਇਹ ਕੋਈ ਵੱਡੀ ਹਸਤੀ ਨੇ ਅਤੇ ਨਾਲ ਹੀ ਉਸ ਨੇ ਪੁੱਛ ਲਿਆ ਵੀ ਤੁਸੀਂ ਕਿਹੜੇ ਕਬੀਲੇੋਂ ਜੇ ਸਰਕਾਰ ਅਬਦੁਲ ਮੁਤਲਬੁਰਾਂ ਦੱਸਿਆ ਪਈ ਕ੍ਰੈਸ਼ ਕਬੀਲੇ ਚੋਂ ਆ ਮੈਂ ਅਗੋਂ ਉਸ ਪੁੱਛਿਆ ਵੀ ਕ੍ਰੈਸ਼ ਕਬੀਲਾ ਦੀ ਕਿਹੜੀ ਲੜੀ ਵਿੱਚੋਂ ਜੇ ਤੁਸੀਂ ਤਾਂ حضرت ਅਬਦੁਲ ਮੁਤਲਬੁਰਾਂ ਜਵਾਬ ਦਿੱਤਾ ਪਈ ਬਨੀ ਹਾਸ਼ਮ ਲੜੀ ਵਿੱਚੋਂ ਆ ਮੈਂ ਉਸ ਕਿਆਫਾ ਲਾਨਵਾਏ ਨੇ ਪੁੱਛਿਆ ਵੀ ਕੀ ਮੈਂ ਤੁਹਾਡੀ ਕੰਢ ਤੋਂ ਕਪੜਾ ਚੁੱਕ ਕੇ ਵੇਖ ਸਕਦਾ ਵਾਂ حضرت ਅਬਦੁਲ ਮੁਤਲਬੁਰਾਂ ਜਵਾਬ ਦਿੱਤਾ ਬਈ ਜ਼ਰੂਰ ਪਰ ਜਿਸਮ ਦੇ ਪਰਦੇ ਵਾਲੇ ਹਿੱਸੇ ਨੂੰ ਮੈਂ ਹਰ ਹਾਲ ਤੇ ਟੱਕ ਕੇ ਰੱਖਾਂਗਾ ਸੋਚਣ ਵਾਲੀ ਗੱਲ ਇਹ ਵੀ ਉਹਨਾਂ ਨੇ 70 ਟੱਕੀ ਰੱਖਣ ਦੀ ਲੋੜ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਉਸ ਕਿਆਫਾ ਲਾਣ ਵਾਲੇ ਬੰਦੇ ਨੇ ਅਬਦੁਲ ਮਤਲਬ ਸਰਕਾਰ ਦੀ ਕਮੀਜ਼ ਚੁੱਕ ਕੇ ਤੇ ਲੱਕ ਤੇ ਢਿੱਡ ਦੇ ਉੱਤੇ ਚਾਤੀ ਪਾਈ ਮੋੜੋ ਉਸ ਨੇ ਆਖਿਆ ਕਿ ਮੂੰਹ ਜਰਾ ਉੱਤੇ ਕਰੋ ਅਤੇ ਉਸ ਨੇ ਧਿਆਨ ਨਾਲ ਨੱਕ ਨੂੰ ਵੇਖਿਆ ਤੇ ਨੱਕ ਦੀਆਂ ਜਿਹੜੀਆਂ ਮੱਲਵੇ ਨਾਸਾਂ ਨੇ ਉਹਦੇ ਅੱਲ ਵੀ ਚਾਤੀ ਮਾਰੀ ਫਿਰ ਉਸ ਕਿਆਫੇ ਲਾਣ ਵਾਲੇ ਨੇ ਉਹਨੂੰ ਸ਼ੱਕ ਪੈ ਗਿਆ ਭਈ ਉਹਦਾ ਜਿਹੜਾ ਸ਼ੱਕ ਸੀ ਉਹ ਪੱਕ ਵਿੱਚ ਬਦਲ ਗਿਆ ਜਿਸਮ ਦੀਆਂ ਸਾਰੀਆਂ ਲਾਮਤਾਂ ਨੇ ਉਹਨੂੰ ਗਵਾਹੀ ਦਿੱਤੀ ਅਤੇ ਕਿਆਫਾ ਲਾਣ ਵਾਲਾ ਆਖਣ ਲੱਗਿਆ ਮੈਂ ਗਵਾਹੀ ਦੇਣਾ ਵਾਂ ਪਈ ਤੁਹਾਡੇ ਇੱਕ ਹੱਥ ਵਿੱਚ ਬਾਦਸ਼ਾਹੀ ਹੈ ਅਤੇ ਦੂਜੇ ਹੱਥ ਵਿੱਚ ਨਬੂਵਤ ਹੈ ਅਤੇ ਮੋੜੋ ਹਸਾ ਕਿ ਆ ਭਈ ਇਸ ਬਾਦਸ਼ਾਹੀ ਅਤੇ ਨਬੂਵਤ ਜਿਹੜੀ ਹੈ ਬਣੀ ਜ਼ਾਰਾ ਦੇ ਕਬੀਲੇ ਨਾਲ ਸ਼ਾਕਾਚਾਰੀ ਕਰਨ ਪਰੋਂ ਹੀ ਲੱਭ ਸਕਦੀ ਏ ਅਤੇ ਨਾਲ ਹੀ ਉਸ ਪੱਤਰੀਵਾਨ ਨੇ ਪੁੱਛਿਆ ਭਈ ਤੁਸੀਂ ਕਿਤੇ ਬੰਨੀ ਜ਼ਾਰਾ ਕਬੀਲੇ ਵਿੱਚ ਵਿਆਹ ਤੇ ਨਹੀਂ ਕਰਵਾਇਆ ਹੋਇਆ ਸਰਕਾਰ ਅਬਦਲ ਮੁਤਲਬ ਹੋਣਾ ਜਵਾਬ ਦਿੱਤਾ ਨਹੀਂ ਇੰਜ ਨਹੀਂ ਹੋਇਆ ਉਹਨਾਂ ਦੱਸਿਆ ਕਿ ਬੰਨੀ ਜ਼ਾਰਾ ਕਬੀਲੇ ਦੀ ਕੋਈ ਸੁਆਣੀ ਮੇਰੇ ਨਕਾਬ ਵਿੱਚ ਨਹੀਂ ਉਸ ਕਿਆਫਾ ਲਾਉਣ ਵਾਲੇ ਨੇ ਆਖਿਆ ਕਿ ਤੁਸੀਂ ਹੁਣ ਜਾ ਕੇ ਬੰਨੀ ਜ਼ਾਰਾ ਕਬੀਲੇ ਦੀ ਕਿਸੇ ਤਰੀਮਤ ਨਾਲ ਵਿਆਹ ਕਰਾ ਲਓ ਇੰਗੇ حضرت ਅਬਦੁਲਮੁਤਲਬ ਰਾ ਆ ਪੂਮੀ ਬਨੀ ਜ਼ਾਰਾ ਕਬੀਲੇ ਵਿੱਚੋਂ ਹਾਲਾ ਨਾਂ ਦੀ ਇੱਕ ਔਰਤ ਨਾਲ ਵਿਆਹ ਕਰਾ ਲਿਆ ਅਤੇ ਉਹਨਾਂ ਆਪਣੇ ਪਿਆਰੇ ਪੁੱਤਰ ਅਬਦੁੱਲਾ ਦੇ ਵਿਆਹ ਲਈ ਵੀ ਮਤਲਬੇ ਉਸੇ ਕਬੀਲੇ ਤੇ ਅੱਖ ਰੱਖ ਲਈ ਇਹ ਸੀ ਬਨੀ ਜ਼ਾਰਾ ਕਬੀਲੇ ਦੀ ਸਾਕਾਚਾਰੀ ਲਈ ਚੁਣਨ ਦੀ ਜਿਹੜੀ ਵਜ੍ਹਾ ਸੀ حضرت ਅਬਦੁਲਮੁਤਲਬ ਸਰਕਾਰ ਦੀ ਅਤੇ ਬਨੀ ਜ਼ਾਰਾ ਵਿੱਚੋਂ ਸੈਯਦਾ ਆਮਨਾ ਨੂੰ ਪਸੰਦ ਕਰਨ ਦਾ ਕਾਰਨ ਇਹ ਬਣਿਆ ਇਕ ਕੁੜੈ ਜੀ ਇੱਕ ਮਸ਼ਹੂਰ ਜਾਦੂਗਰਨੀ ਜਿਹਦਾ ਨਾਮ ਸੌਦਾ ਸੀ ਇੱਕ ਵਾਰੀ ਬਣੀ ਜ਼ਾਰਾ ਦੀਆਂ ਜ਼ਨਾਨੀਆਂ ਨੂੰ ਆਖਣ ਲੱਗੀ ਤੁਹਾਡੇ ਵਿੱਚੋਂ ਇੱਕ ਕੁੜੀ ਜਾਂ ਤੇ ਆਪੂ ਲੋਕਾਂ ਨੂੰ ਰੱਬ ਦੇ ਅਜ਼ਾਬ ਤੋਂ ਡਰਾਉਣ ਵਾਲੀ ਹੋਏਗੀ ਜਾਂ ਮੁਰ ਉਸ ਦਾ ਪੁੱਤਰ ਇਹ ਕੰਮ ਕਰੇਗਾ ਇਸ ਲਈ ਤੁਸੀਂ ਆਪਣੀਆਂ ਸਾਰੀਆਂ ਕੁੜੀਆਂ ਮੇਰੇ ਸਾਹਮਣੇ ਲਿਆਓ ਤਾਂ ਜੋ ਮੈਂ ਕੋਸ਼ ਕੁੜੀ ਦੀ ਪਛਾਣ ਕਰ ਸਕਾਂ ਜਦੋਂ ਸੈਯਦਾ ਆਮਨਾ ਹੋਰੀ ਉਸ ਜਾਦੂਗਰਨੀ ਦੇ ਸਾਹਮਣੇ ਆਈਆਂ ਤਾਂ ਉਹ ਵੇਖਦਿਆਂ ਸਾਰਾ ਆਖਣ ਲੱਗੀ ਇਹ ਜੋ ਕੁੜੀ ਏ ਜੋ ਜਾਂ ਤੇ ਆਪੂ ਲੋਕਾਂ ਨੂੰ ਰੱਬ ਦੇ ਜ਼ਾਬਤ ਤੋਂ ਡਰਾਉਣ ਵਾਲੀ ਹੋਵੇਗੀ ਜਾਂ ਮੁਰ ਏਸ ਦੇ ਘਰ ਹੋਣ ਵਾਲਾ ਪੁੱਤਰ ਜਿਹੜਾ ਉਹ ਲੋਕਾਂ ਨੂੰ ਸੱਚੇ ਰੱਬ ਦੇ ਜ਼ਾਬਤ ਤੋਂ ਡਰਾਉਣ ਵਾਲਾ ਹੋਏਗਾ ਅਤੇ ਉਹ ਜੁੱਗੋਂ ਨਵੇਕਲੀ ਸ਼ਾਨ ਦਾ ਵਾਰਿਸ ਹੋਵੇਗਾ ਅਤੇ ਨਾਂ ਨਿਸ਼ਾਨ ਵਾਲਾ ਹੋਏਗਾ ਉਸ ਜਾਦੂਗਰਨੀ ਨੇ ਇਸ ਪਛੀਨ ਗੋਈ ਤੋ ਅੱਡ ਇੱਕ ਵਜਾ ਇਹ ਵੀ ਦੱਸੀ ਸੈਯਦਾ ਆਮਨਾ ਹੋਰਾਂ ਦੇ ਵਾਲਦ ਵਾਬ ਬਨੀ ਜ਼ਾਰਾ ਕਬੀਲੇ ਦੇ ਅੱਗਲ ਹੱਤ ਸਨ ਅਤੇ ਆਪਣੇ ਉੱਚੇ ਹਸਬ ਨਸਬ ਅਤੇ ਪਲਮਾਨਸੀ ਪਰੋਂ ਬਨੀ ਜ਼ਾਰਾ ਕਬੀਲੇ ਦੇ ਸਰਦਾਰ ਸਨ ਅਤੇ ਉਹਨਾਂ ਦੀ ਧੀ ਸੈਯਦਾ ਆਮਨਾ ਵੀ ਕੁਰੇਸ਼ ਦੀਆਂ ਕੁੜੀਆਂ ਵਿੱਚੋਂ ਉੱਚੇ ਕਰਦਾਰ ਦੀ ਵਾਰਸ ਸੀ ਜਿਸ ਕੁੜੀ ਦੇ ਘਰੋਂ ਇਹ ਜਗ ਦੀ ਉੱਚੀ ਸ਼ਾਨ ਵਾਲੇ ਅਤੇ ਪੱਕੀਆਂ ਥਿੱਥੀਆਂ ਦਲੀਲਾਂ ਨਾਲ ਰੱਬ ਨੂੰ ਡਰਾਉਣ ਵਾਲੀ ਹਸਤੀ ਦੇ ਜ਼ਾਰ ਹੋਣ ਦੀ ਗਵਾਹੀ ਦਿੱਤੀ ਜਾ ਚੁੱਕੀ ਸੀ ਸਿੱਧੀ ਸਿੱਧੀ ਗੱਲ ਏ ਉੱਚੇ ਅਸਬ ਨਸਬ ਵਾਲੇ ਪਲਮਾਨਸੀ ਦੇ ਵਿੱਚ ਉੱਚ ਮਿਨਾਰੇ ਦੀ ਸਿਯਤ ਰੱਖਣ ਵਾਲੇ ਸਰਦਾਰ ਜੋ ਸਾਰੇ ਕੁਰੇਸ਼ ਦੇ ਕਬੀਲਾ ਵਿੱਚੋਂ ਸਭ ਤੋਂ ਨੇਕ پاک ਹੋਣ ਉਹਨਾਂ ਦੀ ਧੀ ਤੋਂ ਹੋਰ ਕਿਹੜੀ ਚੰਗੀਤੀ ਹੋ ਸਕਦੀ ਏ ਯਾਨੀ ਜਿਹਨੂੰ ਹਜ਼ਰਤ ਅਬਦਲ ਮੁਤਲਬ ਆਪਣੇ ਪਿਆਰੇ ਪੁੱਤਰ حضرت عبداللہ ਲਈ چون دے گل کی حضرت عبدالمطلب اور اپنے پیارے پتر حضرت عبداللہ ਲਈ واب کولوں اودی تھی سیدہ آمنہ دا ساگ منگ لیا واب دیتا پہلا ہی یہ منشاء سی کہ کہے طریقے نال میری ساکا چاری انہاں دے نال ہو جاویں تے موڑ اودی منشاء پوری ہو گئی رب جیڑا ہے او اپنا کام کری جا رہا سی ਔਰ ਉਸ ਬਾਬੋਂ ਜਿਹੜਾ ਮਤਲਬ ਇਹ ਕੰਮ ਹੋਈ ਜਾ ਰਿਹਾ ਸੀ ਇਥੇ ਕਈ ਰਵੈਤਾਂ ਇਹ ਵੀ ਸ਼ਾਦੀ ਭਰਦੀਆਂ ਨਹੀਂ ਵੀ ਧੀ ਦਾ ਸਾਗ ਦੇਣ ਲਈ ਉਹਨਾਂ ਆਪਣੀ ਸਵਾਨੀ ਨੂੰ حضرت ਅਬਦਲ ਮੁਤਲਬ ਦੇ ਘਰ ਆਪੂ ਟੋਰਿਆ ਸੀ ਇਹ ਸਾਗ ਦੇ ਹੋਣ ਦੀ ਇੱਕ ਵਜ੍ਹਾ ਇਹ ਵੀ ਸੀ ਵੀ ਵਾਹਬ ਨੇ حضرت ਅਬਦੁੱਲਾਹ ਹੋਰਾਂ ਦੀ ਉੱਚੀ ਸ਼ਾਨ ਨੂੰ ਆਪੂ ਵੇਖ ਲਿਆ ਹੋਇਆ ਸੀ ਜਿੰਨੀ ਇਹ ਦੋਵੇਂ ਰਵੈਤਾਂ ਨੇ ਕਿ ਕੋਈ ਤੇ ਲੋਕਾਂ ਦੇ ਨੇ ਕਿ حضرت ਵਾਬ ਕੋਲੋਂ حضرت ਅਬਦਲ ਮੁਤਲਬੁਰ ਨੇ حضرت ਅਬਦੁੱਲਾਹ ਵਾਸੇ ਸਾਗ ਪੁੱਛਾਇਆ ਇੱਕ ਰਵਾਇਤ ਵੀ ਹੈ ਕਿ ਜਿਹੜੇ ਵਾਬ ਸਨ ਉਹਨਾਂ ਨੇ ਖੋਦੀ ਆਪਣੀ ਧੀ ਦਾ ਸਾਗ ਦੇਣ ਦੀ ਉਹਨਾਂ ਨੂੰ ਮਤਲਬੇ ਆਖਿਆ ਪੇਸ਼ਕਸ਼ ਕੀਤੀ ਇੱਕ ਦਿਨ حضرت ਅਬਦੁੱਲਾ ਸ਼ਿਕਾਰੇ ਚੜੇ ਹੋਏ ਸਨ ਤੇ ਰੱਬ ਸਬਬੀ ਜਿਹੜੇ ਵਾਬ ਸਨ ਉਹ ਵੀ ਫਿਰਦੇ ਫਰਾਉਂਦੇ ਉਥੇ ਟੁਰ ਗਏ حضرت ਅਬਦੁੱਲਾ ਸ਼ਿਕਾਰ ਦੇ ਧਿਆਨੇ ਲੱਗੇ ਹੋਏ ਸਨ ਤੇ ਅਚਨ ਚੇਤੀ 70 80 ਯਹੂਦੀ ਜਿਹੜੇ ਸਾਨੀਆਂ ਉਦੀਆਂ ਉਹ ਰੁੱਖਾਂ ਦੇ ਓਲੇ ਜੋ ਨਿਕਲੇ ਤਾਂ ਉਹਨਾਂ ਦੇ ਕੋਲ ਨੰਗੀਆਂ ਤਲਵਾਰਾਂ ਸਨ ਤੇ ਉਹਨਾਂ حضرت ਅਬਦੁੱਲਾਹ ਹਰਾਨ ਨੂੰ ਘੇਰਾ ਪਾ ਲਿਆ ਜਦੋਂ ਵਾਬ ਦੀ ਨਜ਼ਰ ਉਹਨਾਂ ਵੱਲ ਪਈ ਤਾਂ ਉਹ حضرت ਅਬਦੁੱਲਾਹ ਦੀ ਅਮਦਦ ਲਈ ਨੱਠ ਪਏ ਪਰ ਉਹ ਕੱਲੇ ਕਾਰੇ ਸਨ ਇੰਨੇ ਹਥਿਆਰ ਬੰਦ ਬੰਦਿਆਂ ਦੇ ਕੋਲੋਂ حضرت ਅਬਦੁੱਲਾਹ ਨੂੰ ਬਚਾ ਵੀ ਕਿੰਜ ਸਕਦੇ ਸਨ ਮੁਰ ਅਚਨ ਚੇਤੀ ਕਿੱਟੇ ਕੋੜਿਆਂ ਦੇ ਚੌਕੇ ਸਾਰੇ ਸਵਾਰ ਉੱਥੇ ਅਜ਼ਗੈਬੋਂ ਆਣ ਅਪੜੇ ਇਹ ਲੋਕ ਸ਼ਕਲ ਸ਼ਬਾਤੋਂ ਆਮ ਦੁਨੀਆਦਾਰਾਂ ਵਰਗੇ ਯਾ ਅਰਬੀਆਂ ਵਰਗੇ ਨਹੀਂ ਚਣ ਲੱਗਦੇ ਉਹ ਘੋੜਸਵਾਰ ਆਉਂਦੇ ਸਾਰੇ ਉਹਨਾਂ ਯਹੂਦੀਆਂ ਦੇ ਗਲ ਪੈ ਗਏ ਅਤੇ ਵੈਂਦਿਆਂ ਵੈਂਦਿਆਂ ਉਹ ਸਾਰੇ ਯਹੂਦੀ ਉੱਥੋਂ ਜਾਨ ਬਚਾ ਕੇ ਉਹਨਾਂ ਦੇ ਕੋਲੋਂ ਨੱਠ ਗਏ ਰੱਬ ਵੱਲੋਂ ਅਚਨ-ਚੇਤੀ ਆਪਣੀ ਇਸ ਮਦਦ ਨੂੰ ਵੇਖਦਿਆਂ ਸਾਰੇ ਵਾਬ ਨੂੰ ਇਸ ਗੱਲ ਦਾ ਪੱਕਾ ਹੋ ਗਿਆ ਸੀ ਔਰ ਉਹਨੇ ਇਹ ਗੱਲ ਧਿਆ ਲਈ ਸੀ ਕਿ ਉਹਨਾਂ ਦੀ ਧੀ ਲਈ ਅਬਦੁੱਲਾਹ ਤੋਂ ਚੰਗਾ ਸਿਰ ਦਾ ਸਾਈਂ ਹੋਰ ਕੋਈ ਲੱਭ ਨਹੀਂ ਸਕਦਾ ਸਿੱਧੀ ਸਿੱਧੀ ਗੱਲ ਐ ਵੀ ਜਿਹੜੇ ਗੱਭਰੂ ਦੀ ਰਾਖੀ ਲਈ ਰੱਬ ਸੋਹਣੇ ਦੇ ਅੰਡਿੱਠੇ ਹੱਥ ਉਹਨਾਂ ਸਵਾਰਾਂ ਦੀ ਚੱਕਲ 'ਚ ਆਣ ਅਪੜੇ ਹੋਂ ਉਸ ਤੋਂ ਚੰਗਾ ਉਹਨਾਂ ਦੀ ਧੀ ਦੇ ਸਿਰ ਦਾ ਸਾਈਂ ਕਿੱਥੋਂ ਲੱਭ ਸਕਦਾ ਸੀ ਇਸ ਗੱਲ ਵਿੱਚ ਪਹਿਲ ਭਾਵੇਂ ਹਜ਼ਰਤ ਅਬਦਲ ਮੁਤਲਬ ਹੋਰਾ ਕੀਤੀ ਹੋਈ ਜਾਂ ਬਾਪ ਵੱਲੋਂ ਹੋਈ ਮੁੱਖ ਦੀ ਗੱਲ ਇਹ ਵੇਖ ਕੇ ਇਹ ਸਾਖ ਜਿਹੜਾ ਹਜ਼ਰਤ ਅਬਦੁੱਲਾ ਦਾ ਸੈਯਦਾ ਆਮਨਾ ਦੇ ਨਾਲ ਹੋ ਗਿਆ ਤੇ ਮੁੜ ਇੱਕ ਦਿਨ ਹਜ਼ਰਤ ਅਬਦਲ ਮੁਤਲਬ ਆਪਣੇ ਪੁੱਤਰ ਹਜ਼ਰਤ ਅਬਦੁੱਲਾ ਨੂੰ ਨਾਲ ਲੈ ਕੇ ਤੇ ਵਿਆਹਣ ਵਾਸਤੇ ਵਾਹਬ ਦੇ ਘਰ ਚਲੇ ਗਏ ਵਿਆਹ ਤੋਂ ਪਹਿਲਾਂ ਉਸ ਲਾੜੇ ਵੱਲ ਝਾਤੀ ਪਾਣ ਦੀ ਲੋੜ ਏ ਜਿਹਦੇ ਸੁਹੱਪਣ ਦੀਆਂ ਤਾਰੀਖ ਦੇ ਪੰਨਿਆਂ ਤੇ ਬੜੀਆਂ ਮਸ਼ਹੂਰੀਆਂ ਨੇ ਜਿਸ ਤਰ੍ਹਾਂ ਮਿਸਰ ਦੀਆਂ ਸਵਾਨੀਆਂ ਹਜ਼ਰਤ ਯੂਸਫ ਲੈ ਸਲਾਮ ਹੋਰਾਂ ਦੇ ਰੂਪ ਰੰਗ ਅਤੇ ਸੁਹਾਪਣ ਨੂੰ ਵੇਖ ਕੇ ਸੁਰਤ ਭਲਾ ਕੇ ਤੇ ਆਪਣੇ ਹੱਥ ਵੱਢ ਲੈ ਸਨ ਸਗਵਾ ਇੰਜੀ ਅਰਬ ਦੀਆਂ ਜਿਹੜੀਆਂ ਤਰੀਮਤਾ ਨੇ ਉਹ ਕੁਰੈਸ਼ ਦੇ ਇਸ ਗੱਭਰੂ ਨੂੰ ਵੇਖ ਕੇ ਉਹਦੇ ਰੰਗ ਰੂਪ ਤੇ ਇੰਨੀਆਂ ਜ਼ਿਆਦਾ ਮੋਤ ਹੋ ਗਈਆਂ ਪਈ ਸੁਰਤ ਭਲਾ ਬੈਠੀਆਂ ਤੇ ਬਸ ਇਹ ਹੀ ਨਹੀਂ ਸਗੋਂ ਸੈਂਕੜੇ ਕੁੜੀਆਂ ਜਿਹੜੀਆਂ ਨੇ ਉਹ ਸੁਫਨਿਆਂ ਵਿੱਚ ਹਜ਼ਰਤ ਅਬਦੁੱਲਾ ਨੂੰ ਆਪਣਾ ਹਮਜੋਲੀ ਬਣਾਉਣ ਦੀਆਂ ਰੀਝਾਂ ਦੇ ਕਿਆਰੇ ਹੰਜੀਵਾਂ ਦਾ ਪਾਣੀ ਲਾਈ ਰੱਖਦੀਆਂ ਸਨ ਵੀ ਕਿਸੇ ਤਰੀਕੇ ਨਾਲ ਉਹਨਾਂ ਜੋ ਹਰ ਇੱਕ ਦਾ ਵਿਆਹ ਜਿਹੜਾ Hazrat Abdullah ਨਾਲ ਹੋ ਜਾਵੇ ਪਰ Hazrat Abdullah ਨਾਲ سیدਾ ਆਮਨਾ ਦੀ ਮੰਗਣੀ ਮਗਰੋਂ ਜਦੋਂ ਉਹਨਾਂ ਦੀਆਂ ਪੁੰਨੀਆਂ ਆਸਾਂ ਦੇ ਖੇਤरां ਤੇ ਨਰਾਸ਼ੀਆਂ ਦੇ ਘੜੇ ਪੈ ਗਏ ਤਾਂ ਉਹਨਾਂ ਕਿਸੇ ਹੋਰ ਖੂਹ ਤੋਂ ਸਿੱਕਾਂ ਦਾ ਖੇਤਰ ਪਿਆਣ ਦੀ ਥਾਂ ਉਹਨਾਂ ਆਪਣਾ ਜੀਵਨ ਦੀਆਂ ਰਿਹਾਂ ਤੇ ਖੇਤरां ਵੱਲ ਕੰਡ ਕਰਕੇ ਤੇ ਕੁਾਰ ਪੁਨੇ ਵਿੱਚ ਹੀ ਆਪਣੇ ਜੀਵਨ ਨਗਾ ਦਿੱਤੇ ਅਖੇ ਜੇ ਅਬਦੁੱਲਾ ਨਹੀਂ ਤਾਂ ਫਿਰ ਕੋ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਣਾ ਹਜ਼ਰਤ ਅਬਾਦ ਫਰਮਾਉਂਦੇ ਨੇ ਕਿ ਜਦੋਂ ਜਨਾਬ ਅਬਦੁੱਲਾ ਦਾ ਵਿਆਹ ਸੈਯਦਾ ਆਮਨਾ ਨਾਲ ਹੋਇਆ ਤਾਂ ਬਣੀ ਮਖਜ਼ੂਮ ਤੇ ਬਣੀ ਅਬਦਲ ਅਬਦ ਮਨਾਫ ਦੀਆਂ 200 ਉਹ ਕੁੜੀਆਂ ਸਨ ਜਿਨ੍ਹਾਂ ਅਬਦੁੱਲਾ ਨਾਲ ਵਿਆਹ ਨਾ ਹੋ ਸਕਣ ਦੇ ਹਿਰਖ ਵਿੱਚ ਮਰਦੇ ਦਮ ਤੱਕ ਵਿਆਹ ਨਹੀਂ ਕਰਾਏ ਵੇਖਣ ਵਾਲੀ ਗੱਲ ਇਹ ਵੀ ਕਿ ਦੁਨੀਆ ਦੀ ਤਾਰੀਖ ਵਿੱਚ ਕਿਸੇ ਹੋਰ ਇੰਜ ਦੇ ਅਲਬੇਲੇ ਮਨਠਾਰ ਗੱਭਰੂ ਦਾ ਜ਼ਿਕਰ ਮਿਲਦਾ ਹੈ ਜਿਦੇ ਵਿਰਾਗ ਵਿੱਚ 200 ਕੁੜੀਆਂ ਨੇ ਵਿਆਹ ਕਰਾਣ ਤੋਂ ਮੂੰਹ ਮੋੜ ਲਏ ਹੋਣ ਪੱਕੀ ਗੱਲ ਹੈ ਵੀ ਦੁਨੀਆ ਦੀ ਤਾਰੀਖ 'ਚੋਂ ਇੰਜ ਦੀ ਕੋਈ ਨਵੇਕਲੀ ਮਿਸਾਲ ਖੋਜਿਆ ਵੀ ਨਹੀਂ ਲੱਭ ਸਕਦੀ ਹੋਣੀ ਸੋਚਣ ਵਾਲੀ ਗੱਲ ਇਹ ਵੀ ਇਸ ਦੀ ਵਜ੍ਹਾ ਕੀ ਹੈ ਕਿ ਹਾਲਾਂ ਦੁਨੀਆ ਉੱਤੇ ਮਾਵਾ ਨੇ ਬੜੇ ਬੜੇ ਖੇਲ ਕਬੀਲੇ ਤੇ ਰੰਗ ਰੰਗੀਲੇ ਪੁੱਤਰ ਜੰਮੇ ਹੋਏ ਨੇ ਪਰ ਜਨਾਬੇ ਅਬਦੁੱਲਾਹ ਦੇ ਰੂਪ ਰੰਗ ਦੇ ਜੁੱਗੋ ਨਵੇਕਲਾ ਹੋਣ ਦਾ ਕਾਰਨ ਇਹ ਸੀ ਭਈ ਉਹਨਾਂ ਦੇ ਮੱਥੇ ਨਬੂਵਤ ਦਾ ਜਿਹੜਾ ਨੂਰ ਸੀ ਉਹ ਦਲਕਾ ਮਾਰਦਾ ਸੀ ਅਤੇ ਉਸ ਨੂਰ ਦੇ ਲਸ਼ਕਾਰੇ ਵੇਖਣ ਦੀਆਂ ਅੱਖਾਂ ਵਿੱਚ ਮੋਹ ਦਾ ਜਿਹੜਾ ਮਤਲਬੇ ਪੀੜਾ ਡਾਲ ਲੈਂਦੀਆਂ ਸਨ ਇਹਨੀ ਉਸ ਮੋਹ ਦੇ ਜਿਹੜਾ ਉਹਨਾਂ ਦਾ ਨੂਰ ਸੀ ਉਹਨੂੰ ਜਿਹੜਾ ਵੇਖਦਾ ਸੀ ਉਹ ਉਹਨਾਂ ਨਾਲ ਮੁਹੱਬਤ ਕਰਨ ਲੱਗ ਪੈਂਦਾ ਸੀ ਔਰ ਉਹਦੀਆਂ ਅੱਖਾਂ ਵਿੱਚ ਹੀ ਮੁਹੱਬਤ ਦਾ ਪੀੜਾ ਡਾ ਕੇ ਤੋ ਬਹਿ ਜਾਂਦੇ ਸਨ ਜਿਸ ਨਾਲ ਸੀਰਤ ਪਾਕ ਦੇ ਕਈਆਂ ਲਿਖਾਰੀਆਂ ਇਸ ਗੱਲ ਦੀ ਸ਼ਾਦੀ ਪਰਦਿਆਂ ਦੱਸਿਆ ਪਈ 18 ਸਾਲਾਂ ਦੀ ਚੜ੍ਹਦੀ ਜਵਾਨੀ ਦੀ ਉਮਰੇ حضرت ਅਬਦੁੱਲਾ ਜਦੋਂ ਵੰਠਣ ਕੇ ਨਿਕਲੇ ਹਾਂਜੀ ਤਾਂ ਉਹਨਾਂ ਦਾ ਰੂਪ ਵੇਖਣ ਵਾਲਾ ਹੋਏਗਾ ਔਰ ਸਾਰੀ ਦੁਨੀਆ ਉਹਨਾਂ ਨੂੰ ਉਹਨਾਂ ਦੇ ਰੂਪ ਤੇ ਰੰਗ ਨੂੰ ਤੇ ਵੇਖਦੀ ਹੋਵੇਗੀ ਤੋਂ ਇਹ ਸੀ ਪਿਆਰਿਓ ਚੌਥੀ ਲੜੀ ਸੀਤੋਂ ਨਬੀ ਚੋਂ ਜਿਹੜੀ ਸੈਦੂਲ ਬਰਾ ਨਾਂ ਦੀ ਕਿਤਾਬ ਤਿੰਨ ਜਿਲਦੀ ਕਾਜ਼ੀ ਅਬਦਲ ዳਇਮ ዳਇਮ ਹੋਰਾਂ ਨੇ ਲਿਖੀ ਤੇ ਉਹਦੇ ਵਿੱਚੋਂ ਇਹ ਸੀਤੋਂ ਨਬੀ ਦੀ ਚੌਥੀ ਲੜੀ ਮੈਂ ਤੁਹਾਡੀ ਖਿਦਮਤ ਪੇਸ਼ ਕੀਤੀ ਇਹਦੇ ਨਾਲ ਹੀ ਇਹਸਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਜਿਉਂਦੇ ਵਾਸਤੇ ਰਵੋ ਸਲਾਮਤ ਰਵੋ ਤੇ ਤੁਹਾਡੀਆਂ ਖੈਰਾਂ ਹੋਣ ਜੀ